ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਪਰਮਵੀਰ ਔਰਕ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਤਾਂ ਪਰਮ, ਅੰਮ੍ਰਿਤਸਰ ਸ਼ਹਿਰ ਦਾ ਕੀ ਹਾਲ ਹੈ, ਸਥਿਤੀ ਇੱਥੇ ਕਿਹੋ ਜਿਹੀ ਬਣੀ ਹੋਈ ਹੈ? ਹਾਲਾਂਕਿ ਜੂਨ ਦੀਆਂ ਛੁੱਟੀਆਂ ਹੋਈਆਂ ਨੇ, ਅੰਮ੍ਰਿਤਸਰ ਉਹ ਸ਼ਹਿਰ ਹੈ, ਟੂਰਿਸਟ ਪਲੇਸ ਹੈ ਉਸਨੂੰ ਕਿਹਾ ਜਾਂਦਾ, ਤਾਂ ਇੱਥੇ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਮੌਸਮ ਨੂੰ ਲੈ ਕੇ? ਦੇਖੋ, ਜੇਕਰ ਅਸੀਂ ਗਰਮੀ ਦੀ ਗੱਲ ਕਰੀਏ ਤਾਂ 46 ਡਿਗਰੀ ਦੇ ਕਰੀਬ ਇੱਥੇ ਟੈਂਪਰੇਚਰ ਜਿਹੜਾ ਹੈ ਉਹ ਹੋ ਚੁੱਕਾ ਹੈ। ਪਰ ਅਸੀਂ ਖੜ੍ਹੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਾਂ ਲੋਕਾਂ ਦਾ ਉਤਸ਼ਾਹ ਕਿੰਨਾ ਹੈ, ਸੰਗਤਾਂ ਦਾ ਉਤਸ਼ਾਹ ਕਿੰਨਾ, ਤੁਸੀਂ ਦੇਖੋ ਸਾਰੇ ਪਾਸੇ ਤੁਹਾਨੂੰ ਸੰਗਤਾਂ ਹੀ ਨਜ਼ਰ ਆਉਣਗੀਆਂ। ਗਰਮੀ ਦੇ ਬਾਵਜੂਦ ਜਿਹੜੀਆਂ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚ ਰਹੀਆਂ ਨੇ। ਸੋ ਤੁਸੀਂ ਦੇਖੋ ਕਿ ਜ਼ਿਆਦਾਤਰ ਤੁਸੀਂ ਇਹ ਸੰਗਤਾਂ ਦੇ ਰੂਪ ਦੇ ਵਿੱਚ ਜੇਕਰ ਦੇਖੋ ਤਾਂ ਸੈਲਾਨੀ ਜਿਹੜੇ ਨੇ ਉਹ ਤੁਹਾਨੂੰ ਜ਼ਿਆਦਾ ਦਿਖਾਈ ਦੇਣਗੇ, ਕਿਉਂਕਿ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਲੋਕ ਜਿਹੜੇ ਹੈ ਉਹ ਆਪਣੇ ਘਰਾਂ 'ਚ ਜ਼ਰੂਰ ਵੜ ਚੁੱਕੇ ਨੇ, ਕਿਉਂਕਿ ਲੂ ਜਿਹੜੀ ਆ ਉਹ ਪੈ ਰਹੀ ਹੈ, ਬਹੁਤ ਵੱਡੇ ਪੱਧਰ 'ਤੇ ਪੈ ਰਹੀ ਹੈ। ਇਸੇ ਦੇ ਨਾਲ ਤੁਸੀਂ ਦੇਖੋ ਕਿ SGPC ਦੇ ਜਿਹੜੇ ਮੁਲਾਜ਼ਮ ਨੇ ਉਹ ਗਰਮੀ ਦੇ ਵਿੱਚ ਕਿਸ ਤਰ੍ਹਾਂ ਸੇਵਾ ਕਰਦੇ ਦਿਖਾਈ ਦੇ ਰਹੇ ਨੇ, ਇਕੱਲੇ ਇਕੱਲੇ ਜਾਣੇ ਨੂੰ ਚੈੱਕ ਕੀਤਾ ਜਾ ਰਿਹਾ। ਤਾਂ ਇੱਧਰ ਤੁਸੀਂ ਬਹੁਤ ਸੋਹਣੀ ਖੂਬਸੂਰਤ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਪੰਛੀ ਨੇ ਉਹ ਵੀ ਆਪਣਾ ਕਿਸ ਤਰ੍ਹਾਂ ਗਰਮੀ ਤੋਂ ਬਚਾਅ ਕਰ ਰਹੇ ਨੇ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਹੈ ਉਹ ਪੰਛੀਆਂ ਵੱਲੋਂ ਪੀਤਾ ਜਾ ਰਿਹਾ, ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਇੰਨਾ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ, ਇੰਨੀ ਲੂ ਹੋਣ ਦੇ ਬਾਵਜੂਦ ਵੀ ਜਿਹੜੇ ਪੰਛੀ ਹੈ ਉਹ ਵੀ ਕਿਸ ਤਰ੍ਹਾਂ ਤਰਾਸ ਤਰਾਸ ਕਰਦੇ ਹੋਏ ਦਿਖਾਈ ਦੇ ਰਹੇ ਨੇ। ਅਤੇ ਇੱਧਰ ਤਸਵੀਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਉਹ ਹੁੰਮ ਹਮਾ ਕੇ ਪਹੁੰਚ ਰਹੀਆਂ ਨੇ। ਤਾਂ ਗਰਮੀ ਨੂੰ ਲੈ ਕੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਪਾਣੀ ਹੈ ਸਾਰੇ ਪਾਸੇ ਛਿੜਕਾਇਆ ਜਾ ਰਿਹਾ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ SGPC ਵੱਲੋਂ ਤੁਸੀਂ ਦੇਖੋ ਕਿ ਚਾਨਣੀਆਂ ਜਿਹੜੀਆਂ ਲਗਾਈਆਂ ਗਈਆਂ ਨੇ, ਮੈਟ ਜਿਹੜੇ ਲਗਾਏ ਗਏ ਨੇ ਤਾਂ ਕਿ ਸੰਗਤਾਂ ਦੇ ਜਿਹੜੇ ਪੈਰ ਨੇ ਉਹ ਨਾ ਤਪਣ। ਤਾਂ ਦੂਰ ਤੱਕ ਤੁਸੀਂ ਦੇਖੋ ਕਿ ਚਾਨਣੀਆਂ ਜਿਹੜੀਆਂ ਨੇ ਜਿੱਥੋਂ ਜਿੱਥੋਂ ਸੰਗਤ ਆ ਰਹੀ ਹੈ ਜੋੜੇ ਲਾ ਕੇ ਉੱਥੋਂ ਉੱਥੋਂ ਤੱਕ ਜਿਹੜੀ ਹੈ ਉਹ ਚਾਨਣੀਆਂ ਲਗਾਈਆਂ ਹੋਈਆਂ ਨੇ। ਨਾਲ ਦੀ ਨਾਲ ਪਾਣੀ ਜਿਹੜਾ ਦੋ ਦੋ ਚਾਰ ਚਾਰ ਮਿੰਟ ਬਾਅਦ ਛਿੜਕਿਆ ਜਾ ਰਿਹਾ ਤਾਂ ਕਿ ਕੋਈ ਗਰਮੀ ਦੇ ਕਾਰਨ ਬਿਮਾਰ ਨਾ ਪਵੇ। ਸੋ ਇਹ ਤਸਵੀਰਾਂ ਜਿਹੜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਿ ਤੁਸੀਂ ਦੇਖੋ ਕਿ ਵੱਡੇ ਪੱਧਰ 'ਤੇ ਗੱਲਬਾਤ ਵੀ ਕਰ ਲੈਂਦੇ ਇੱਥੇ ਕੁਝ ਸੈਲਾਨੀ ਨੇ। ਬਾਈ ਸਾਹਿਬ, ਕਿਆ ਨਾਮ ਹੈ ਆਪਕਾ? ਹਰੇਨ ਭਾਈ ਚੌਧਰੀ। ਚੌਧਰੀ ਸਾਹਿਬ, ਆਪ ਆਏ ਹੋ ਤੁਹਾਨੂੰ ਅੰਦਰ ਮੈਂ ਦਰਸ਼ਨ ਕਰਨ ਕੇ ਲਈ ਆਏ ਹੋ, ਗਰਮੀ ਬਹੁਤ ਜ਼ਿਆਦਾ ਹੈ, ਕੈਸੇ ਦੇਖਨੇ? ਬਹੁਤ 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 ਗਰਮ ਹੈ, ਬਹੁਤ ਮਜ਼ਾ ਆਏ, ਔਰ ਹਮ ਗੁਜਰਾਤ ਸੇ ਆਏ ਹੈ, ਬਹੁਤ ਬੜੀਆ, ਇੱਧਰ ਪ੍ਰਸ਼ਾਸਨ ਬਹੁਤ ਅੱਛਾ ਹੈ, ਹਾਂ ਦਰਸ਼ਨ ਕਰਨ ਕੇ ਲਈ। ਭਾਈ ਸਾਹਿਬ, ਕਿਆ ਨਾਮ ਹੈ ਆਪਕਾ? ਭਰਤ ਭਾਈ ਚੌਧਰੀ। ਚੌਧਰੀ ਸਾਹਿਬ, ਆਪ ਫੈਮਿਲੀ ਕੇ ਸਾਥ ਆਏ ਹੋ? हाँ, फैमिली के साथ है। इतनी गर्मी है इसलिए, उसके बावजूद गर्मी के बावजूद यहाँ बहुत मजा आया हमको। हाँ। मंदिर का दर्शन करके बहुत पुण्य, मन को बहुत सुकून मिला। बच्चों के साथ ही, मेरा दो बच्चे हैं, उसके साथ आए हैं हम। ਸੋ ਬਿਲਕੁਲ, ਤੁਸੀਂ ਦੇਖੋ ਪੂਰਾ ਪਰਿਵਾਰ ਜਿਹੜਾ ਗੁਜਰਾਤ ਤੋਂ ਆਇਆ। ਸੋ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਜਿਹੜੀ ਆਸਥਾ ਹੁੰਦੀ ਹੈ ਉਹਦੇ ਅੱਗੇ ਸਭ ਕੁਝ ਝੁੱਕ ਜਾਂਦਾ ਹੈ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਵੇਂ ਤੁਸੀਂ ਦੇਖਿਆ ਕਿ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ, ਮੇਰੇ ਪਿੱਛੇ ਤੁਸੀਂ ਦੇਖੋ ਕਬੂਤਰ ਜਿਹੜੇ ਨੇ ਕਿਸ ਤਰ੍ਹਾਂ ਪਾਣੀ ਪੀਂਦੇ ਹੋਏ ਦਿਖਾਈ ਦੇ ਰਹੇ ਨੇ, ਗਰਮੀ ਤੋਂ ਆਪਣਾ ਬਚਾਅ ਕਰਦੇ ਦਿਖਾਈ ਦੇ ਰਹੇ ਨੇ, ਹਰ ਕੋਈ ਵਿਅਕਤੀ ਜਿਹੜਾ ਉਹ ਗਰਮੀ ਤੋਂ ਆਪਣਾ ਬਚਾਅ ਕਰ ਰਿਹਾ। ਤਾਂ ਇੱਧਰ ਸੰਗਤਾਂ ਦੀ ਆਮਦ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਇੱਧਰ ਸੇਵਾ ਭਾਵਨਾ ਜਿਹੜੀ ਹੈ ਉਹ ਗਰਮੀ ਦੇ ਵਿੱਚ ਕੀਤੀ ਜਾ ਰਹੀ ਹੈ। ਤੁਸੀਂ ਦੇਖੋ ਕਿ ਜਿਵੇਂ 46 ਡਿਗਰੀ ਦੇ ਕਰੀਬ ਟੈਂਪਰੇਚਰ ਹੈਗਾ, ਪਰ ਉਸ ਦੇ ਬਾਵਜੂਦ ਵੀ ਪਾਣੀ ਦੀ ਜਿਹੜੀ ਸੇਵਾ ਹੈ, ਪਾਣੀ ਛਿੜਕਾਇਆ ਜਾ ਰਿਹਾ ਤਾਂ ਕਿ ਸੰਗਤਾਂ ਨੂੰ ਜਿਹੜੀ ਹੈ ਉਹ ਗਰਮੀ ਨਾ ਲੱਗੇ। ਥਾਂ ਥਾਂ ਦੇ ਉੱਤੇ ਜਲ ਜਿਹੜੇ ਆ ਉਹ ਲਗਾਏ ਗਏ ਆ। ਸੰਗਤਾਂ ਦੀ ਆਮਦ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਉਹ ਹੁੰਮ ਹਮਾ ਕੇ ਪਹੁੰਚ ਰਹੀਆਂ ਨੇ। ਪਰ ਇਸ ਤੋਂ ਇਲਾਵਾ ਜੇਕਰ ਅਸੀਂ ਪੂਰੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਹੀਟ ਵੇਵ, ਜਿਸ ਤਰ੍ਹਾਂ ਮੇਰੇ ਸਹਿਯੋਗੀ ਰੋਹਿਤ ਨੇ ਕਿਹਾ ਕਿ ਪੰਜਾਬ ਦੇ ਕਈ ਹਿੱਸਿਆਂ 'ਚ ਜਿਹੜੀ ਹੀਟ ਵੇਵ ਹੈ ਉਹ ਕਾਫੀ ਵੱਡੇ ਪੱਧਰ 'ਤੇ ਜਾਰੀ ਹੈ। ਬਿਲਕੁਲ, ਅੰਮ੍ਰਿਤਸਰ ਦੇ ਵਿੱਚ ਵੀ ਹੀਟ ਵੇਵ ਜਿਹੜੀ ਆ ਉਹ ਬੜੇ ਵੱਡੇ ਪੱਧਰ 'ਤੇ ਜਾਰੀ ਹੈ। ਤਾਂ ਲੋਕ ਜਿਹੜੇ ਆ ਕਿਤੇ ਨਾ ਕਿਤੇ ਆਪਣਾ ਬਚਾਅ ਕਰਦੇ ਨਜ਼ਰ ਆ ਰਹੇ ਨੇ ਜੀ। ਠੀਕ ਹੈ ਪਰਮ, ਤੁਸੀਂ ਲਗਾਤਾਰ ਇੱਥੇ ਬਣੇ ਰਹੋ। ਇਹ ਗੱਲ ਸਾਫ਼ ਹੁੰਦੀ ਹੈ ਕਿ ਚਾਹੇ ਅੱਤ ਦੀ ਗਰਮੀ ਹੈ ਪਰ ਸ਼ਰਧਾ 'ਤੇ ਭਾਰੀ ਜ਼ਰੂਰ ਪੈ ਰਹੀ ਹੈ।